गली च कुट कुट के मारता पिंड दा नंबरदार। आ वेखो किवें कीती शरेआम गुंडागर्दी। तां दस्सदे कि पिंड दे नंबरदार नूं कई लोकां दे वल्लों मिल के कुट कुट के इस नूं मौत दे घाट उतार दित्ता गया। तां इह सारे हमलावर इस नंबरदार दे गुआंढी सी जो कि दो तीन घर छड्ड के रहिंदे सी। तां इस दे नाल इन्हां दी किसे गल नूं लै के तकरार हुई सी, जिस तों बाद उन्हां दे वल्लों डंडिया दे नाल हमला करके इस दा कतल कर दित्ता गया। ਤਾਂ ਦੱਸਦੇ ਕਿ ਹਮਲੇ ਦੇ ਵਿੱਚ ਗੰਭੀਰ ਜ਼ਖਮੀ ਹੋ ਗਿਆ ਸੀ। ਤਾਂ ਪਹਿਲਾਂ ਇਸ ਨੂੰ ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਇਲਾਜ ਦੇ ਦੌਰਾਨ ਇਸ ਦੀ ਮੌਤ ਹੋ ਗਈ। ਤਾਂ ਪੁਲਿਸ ਨੇ ਹੁਣ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਇਹ ਮ੍ਰਿਤਕ ਨੰਬਰਦਾਰ ਦੀ ਉਮਰ 42 ਸਾਲ ਸੀ ਅਤੇ ਉਸਦੀ ਆਪਣੇ ਗੁਆਂਢੀਆਂ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ ਸੀ। ਤਾਂ ਤਕਰਾਰ ਇੰਨੀ ਵੱਧ ਗਈ ਕਿ ਉਹਨਾਂ ਦੇ ਵੱਲੋਂ ਕਈ ਨੌਜਵਾਨ ਮੌਕੇ 'ਤੇ ਪਹੁੰਚਦੇ ਨੇ ਅਤੇ ਡੰਡਿਆਂ ਦੇ ਨਾਲ ਕੁੱਟ ਕੁੱਟ ਕੇ ਗਲੀ ਦੇ ਵਿੱਚ ਇਸ ਦਾ ਕਤਲ ਕਰ ਦਿੱਤਾ ਜਾਂਦਾ। ਜਿਸ ਤੋਂ ਬਾਅਦ ਮੌਕੇ 'ਤੇ ਚੀਕ ਚਿਹਾੜਾ ਪੈ ਜਾਂਦਾ ਹੈ ਅਤੇ ਅਫੜਾ ਦਫੜੀ ਮੱਚ ਜਾਂਦੀ ਹੈ। ਤਾਂ ਹੁਣ ਪੁਲਿਸ ਦੇ ਵੱਲੋਂ ਮੁਕੱਦਮਾ ਵੀ ਦਰਜ ਕਰ ਲਿਆ ਗਿਆ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਇਹ ਵਾਰਦਾਤ ਸੋਨੀਪਤ ਤੋਂ ਸਾਹਮਣੇ ਆਈ ਹੈ, ਜਿੱਥੇ ਪਿੰਡ ਦੇ ਨੰਬਰਦਾਰ ਦਾ ਕਤਲ ਕਰ ਦਿੱਤਾ ਗਿਆ ਉਸਦੇ ਗੁਆਂਢੀਆਂ ਦੇ ਵੱਲੋਂ ਹੀ। ਤਾਂ ਡੰਡਿਆਂ ਦੇ ਨਾਲ ਉਹਨਾਂ ਦੇ ਵੱਲੋਂ ਹਮਲਾ ਕੀਤਾ ਗਿਆ, ਜਿਸ ਨਾਲ ਇਹ ਨੰਬਰਦਾਰ ਗੰਭੀਰ ਜ਼ਖਮੀ ਹੋਇਆ ਸੀ। ਤਾਂ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਇਸ ਦੀ ਮੌਤ ਹੋ ਗਈ, ਜਦਕਿ ਹੁਣ ਪੁਲਿਸ ਦੇ ਵੱਲੋਂ ਵੀ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਹ ਮੇਰੇ ਕੋਲ ਰਾਤ ਕੋ 10 ਵਜੇ ਸੂਚਨਾ ਮਿਲੀ ਜੀ ਕਿ ਨਈ ਕਲੋਨੀ ਜੋ ਬਸਤੀ ਹੈ ਉਸਮੇ ਝਗੜਾ ਹੋ ਰਿਹਾ। ਮੈਂ ਜਦ ਵਹਾਂ ਪਹੁੰਚਿਆ ਇਸ ਬਾਈ ਕੋ ਲੈ ਕੇ ਆ ਜੀ, ਵਹਾਂ ਪਤਾ ਲੱਗਾ ਕਿ ਬਾਈ ਉਹ ਖਤਮ ਹੋਣੇ ਵਾਲਾ ਹੈ ਔਰ ਜਲਦੀ ਉਹਨੇ ਸੰਭਾਲਿਆ। ਮੈਂ ਫਿਰ ਉਸਕੇ ਬਾਅਦ ਮੈਂ ਪਹੁੰਚ ਗਿਆ ਥਾ ਯਹਾਂ, ਤੋ ਯਹਾਂ ਉਸ ਘਰ ਮੈਂ ਲਾਏ ਤੇ ਉਸ ਘਰ ਮੈਂ ਇਸਕੋ ਡੈਡ ਦਿਖਾ ਦਿਆ, ਫਿਰ ਯਹਾਂ ਸਰਕਾਰੀ ਮੈਂ ਲੈ ਕੇ ਆ ਗਈ। ਅੱਛਾ ਕਿਆ ਨਾਮ ਹੈ ਜੀ ਲੜਕੇ ਦਾ? ਸੁਭਾਸ਼ ਨੰਬਰਦਾਰ ਜੀ, ਨੰਬਰਦਾਰ ਸਾਡੇ ਘਰ ਦਾ ਨੰਬਰਦਾਰ ਸਾਡਾ ਨੰਬਰਦਾਰ। ਆਯੂ ਕਿਤਨੇ ਜੀ? 40 ਸਾਲ। ਅੱਛਾ ਕਿਸਕੇ ਸਾਥ ਝਗੜਾ ਹੋ ਗਿਆ, ਕਿਆ ਬਾਤ ਹੋ ਗਈ? ਪੜੋਸ ਮੇਂ ਹੈ ਜੀ, 3-4 ਮਕਾਨ ਉਸ ਗਲੀ, ਉਨਕਾ ਇੱਕ ਦਿਨ ਪਹਿਲੇ ਵੀ ਥੋੜ੍ਹਾ ਝਗੜਾ ਹੋਇਆ ਥੋੜ੍ਹਾ ਹਾ ਕਿਸੇ ਬਾਤ ਪਰ, ਔਰ ਕੱਲ੍ਹ ਫਿਰ ਪਤਾ ਨਹੀਂ ਕਿਸ ਤਰੀਕੇ ਦੀ ਮਾਰ ਪਿਟਾਈ ਹੋਈ, ਦੋਨੋਂ ਤਰਫ ਥੋੜ੍ਹੀ ਥੋੜ੍ਹੀ ਚੋਟ ਵੀ ਲੱਗ ਰਹੀ, ਲੇਕਿਨ ਇਹ ਖਤਮ ਹੋ ਗਿਆ। ਸ਼ਰਮ ਜ਼ਿਆਦਾ ਚੋਟ ਹੈ, ਇਹ ਪਤਾ ਨਹੀਂ ਇੱਟ ਲੱਗੀ ਇਹ ਕਿਆ ਲੱਗਿਆ। ਅੱਛਾ ਪੁਲਿਸ ਆ ਗਈ? ਹਾਂ ਪੁਲਿਸ ਮੌਕੇ 'ਤੇ 5 ਮਿੰਟ ਮੈਂ ਪਹੁੰਚ ਗਈ। ਕਿਆ ਮੰਗ ਕਰਤੇ? ਮੰਗ ਕੀ ਕਰਾਂ ਜੀ, ਨਾ ਗਾਂਵ ਮੈਂ ਝਗੜਾਬਾਜ਼ੀ ਨਾ ਹੋ, ਜਾਂ ਅਚਾਨਕ ਦੁਰਘਟਨਾ ਹੋਈ, ਬਤਾਓ ਮਰਨ ਵਾਲੇ ਵੀ ਐਸੇ ਹੀ ਹੈ, ਉਹ ਤੋਂ ਹਥਿਆਰ ਨਾਲ ਕੁਛ ਨਹੀਂ, ਬਸ ਅਚਾਨਕ ਝਗੜੇ ਹੋ ਗਏ। ਕਿਤਨੇ ਵਿਅਕਤੀ ਸੀ? ਉਹ 4 ਪਕੜ ਖਿਆਲ ਦੇ, ਬਾਕੀ ਇਨਕੇ ਪਰਿਵਾਰ ਕੋ ਪਤਾ ਕਿਸ ਕਿਸ ਦਾ ਨਾਮ ਲਿਖਵਾਇਆ। ਦਿਨਾਂਕ 1 ਜੂਨ ਕੀ ਰਾਤ ਕੋ ਅਜਮੇਰ ਪੁੱਤਰ ਰਾਮ ਕਿਸ਼ਨ ਨਿਵਾਸੀ ਨੈਣਾ ਤਾਰਪੁਰ ਨੇ ਥਾਣਾ ਮੁਹਾਣਾ ਮੇਂ ਸ਼ਿਕਾਇਤ ਦੀ ਥੀ ਗਈ, ਆਜ ਰਾਤ ਤਕਰੀਬਨ 10 ਵਜੇ ਮੇਰੇ ਭਾਈ ਸੁਭਾਸ਼ ਕੋ ਗਾਂਵ ਕੇ ਹੀ ਈਸ਼ਵਰ ਵੋ ਉਸਕੇ ਪਰਿਵਾਰ ਕੇ ਸਦਸਯੋ ਨੇ ਲਾਠੀ ਡੰਡੋ ਸੇ ਵੋ ਤੇਜ਼ ਦਾ ਹਥਿਆਰ ਸੇ ਹਮਲਾ ਕਰਕੇ ਘਾਇਲ ਕਰ ਦਿਆ ਹੈ, ਜੋ ਦੌਰਾਨੇ ਇਲਾਜ ਡਾਕਟਰ ਸਾਹਿਬ ਨੇ ਘਾਇਲ ਸੁਭਾਸ਼ ਕੋ ਮ੍ਰਿਤ ਘੋਸ਼ਿਤ ਕਰ ਦਿਆ ਹੈ। ਮ੍ਰਿਤ ਕਾ ਪੋਸਟਮਾਰਟਮ ਕਰਵਾ ਕਰ ਸਵ ਪਰਿਜਨੋ ਕੇ ਹਵਾਲੇ ਕਰ ਦਿਆ ਹੈ, ਮਾਮਲਾ ਦਰਜ ਕਰ ਲਿਆ ਗਿਆ ਹੈ, ਮਾਮਲੇ ਮੇਂ ਤਫਤੀਸ਼ ਜਾਰੀ।